ਇਸ ਵੀਡੀਓ ਦੇ ਵਿੱਚ ਆਪਾਂ ਹਲਵਾ ਕਹਾਣੀ ਦਾ ਸਾਰ ਪੜਾਂਗੇ ਹਲਵਾ ਕਹਾਣੀ ਸੰਸਿੰਘ ਸੇਖੋ ਦੀ ਲਿਖੀ ਹੋਈ ਹੈ ਸਾਰ ਪੜਨ ਤੋਂ ਪਹਿਲਾਂ ਆਪਾਂ ਕਹਾਣੀਕਾਰ ਬਾਰੇ ਜਾਣਾਂਗੇ ਸੰਸਿੰਘ ਸੇਖੋ ਦਾ ਜਨਮ 1928 ਨੂੰ ਫੈਸਲਾਬਾਦ ਪਾਕਿਸਤਾਨ ਦੇ ਵਿੱਚ ਹੋਇਆ ਸੰਸਿੰਘ ਸੇਖੋ ਦਾ ਦੇਹਾਨ 1997 ਈਸਵੀ ਨੂੰ ਲੁਧਿਆਣਾ ਦੇ ਵਿੱਚ ਹੋਇਆ ਸੰਸਿੰਘ ਸੇਖੋ ਨੂੰ 1972 ਵਿੱਚ ਉਸ ਦੇ ਕਹਾਣੀ ਸੰਗ੍ਰਹਿ ਮਿੱਤਰ ਪਿਆਰਾ ਲਈ ਸਹਿਤ ਅਕਾਦਮੀ ਐਵਾਰਡ ਨਾਲ ਪੁਰਸਕਾਰਿਤ ਕੀਤਾ ਅਤੇ 1987 ਈਸਵੀ ਨੂੰ ਪਦਮਸ਼ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੰਸੰਗ ਸੇਖੋ ਨੇ ਸਮਾਚਾਰ ਅਦੀਵਾਟ ਕਾਮੇ ਤੇ ਯੋਧੇ ਤੀਜਾ ਪੈਰ ਕਲਾਕਾਰ ਸਿਆਣਪਾ ਖੂਨ ਅਤੇ ਮਿੱਟੀ ਆਦੀ ਪੁਸਤਕਾਂ ਵੀ ਲਿਖੀਆਂ ਹਲਵਾ ਕਹਾਣੀ ਦਾ ਸਾਰ ਸਾਬੋ 18 ਵਰਿਆਂ ਦੀ ਬਹੁਤ ਹੀ ਸੁੰਦਰ ਮੁਟਿਆਰ ਸੀ। ਉਹ ਸਾਂਦਲਬਾਰ ਦੇ ਆਦੀਵਾਸੀਆਂ ਦੀ ਧੀ ਸੀ। ਘਰ ਵਿੱਚ ਉਸ ਦੇ ਰਿਸ਼ਤੇ ਬਾਰੇ ਗੱਲਾਂ ਚਲਦੀਆਂ ਰਹਿੰਦੀਆਂ ਸਨ ਪਰ ਉਸ ਨੂੰ ਆਪਣੇ ਚਾਚੇ ਤਾਏ ਦੇ ਮੁੰਡਿਆਂ ਵਿੱਚੋਂ ਕੋਈ ਵੀ ਪਸੰਦ ਨਹੀਂ ਸੀ। ਉਹ ਆਪਣੇ ਤਾਏ ਦੇ ਪੁੱਤਰ ਅਮੀਰ ਨੂੰ ਦੋ ਵਾਰ ਸੰਤੋ ਫੜਿਆ ਜਾਣ ਕਰਕੇ ਤੇ ਨਵੇਂ ਆਬਾਦ ਕਾ ਜੱਟਾ ਦੇ ਮੁੰਡਿਆਂ ਤੋਂ ਕੁਟਖਾਣ ਕਰਕੇ ਕਾਇਰ ਤੇ ਫੌਸਲ ਸਮਝ ਕੇ ਨਫ਼ਰਤ ਕਰਦੀ ਸੀ। ਸਾਬੋ ਪਰ ਨਵੇਂ ਆਬਾਦ ਕਾ ਜੱਟਾਂ ਦਾ ਜੋ ਕਿ ਮੋਰਬਾ ਦੇ ਮਾਲਕ ਸਨ ਬਹੁਤ ਪ੍ਰਭਾਵ ਸੀ। ਸਾਬੋ ਦੇ ਮਾਪੇ ਜੋ ਕਿ ਆਜੂਗਾ ਤੋਂ ਬਾਹਰ ਵਿੱਚ ਰਹਿੰਦੇ ਸਨ ਮੁਰਬਿਆਂ ਦੇ ਮਾਲਕ ਨਹੀਂ ਸਨ ਸਾਬੋ ਦੇ ਪਿਓ ਬਹਾਵ ਕੋਲ ਮੱਝਾਂ ਗਾਏ ਆ ਤੇ ਢੇਡਾ ਬਹੁਤ ਸਨ ਜਿਨ੍ਹਾਂ ਦੀ ਪਾਲਣਾ ਤੇ ਵਿਕਰੀ ਨਾਲ ਉਹ ਆਪਣਾ ਗੁਜ਼ਾਰਾ ਤੋਰਦਾ ਸੀ ਪਰ ਉਸ ਕੋਲ ਘਰ ਅਤੇ ਜ਼ਮੀਨ ਨਾ ਹੋਣ ਕਰਕੇ ਉਸ ਨੂੰ ਰਹਿਣ ਲਈ ਕਰ ਇੱਕ ਨਵੇਂ ਆਬਾਦਕਰ ਸਿਕ ਗੁਰਨਾਮ ਸਿੰਘ ਨੇ ਆਪਣੇ ਹੱਥੇ ਵਿੱਚੋਂ ਅੱਧਾ ਥਾਂ ਵੰਡ ਕੇ ਦਿੱਤਾ ਹੋਇਆ ਸੀ ਕਿਉਂਕਿ ਇਸ ਤਰ੍ਹਾਂ ਉਹ ਬਹਾਵ ਦੇ ਪਸ਼ੂਆਂ ਤੇ ਇੱਜੜ ਦੇ ਗੋਹੇ ਦਾ ਮਾਲਕ ਸਹਿਜੇ ਹੀ ਬਣ ਜਾਂਦਾ ਸੀ ਫਾਵੇਂ ਸਾਬੂ ਦਾ ਪਿਓ ਤੇ ਭਰਾ ਗੁਰਨਾਮ ਸਿੰਘ ਤੋਂ ਚੇਪ ਨਹੀਂ ਸੰਖਾਂਦੇ ਤੇ ਗੁਰਨਾਮ ਸਿੰਘ ਦੀ ਪਤਨੀ ਹਰਕੋਰ ਹਰ ਸਮੇਂ ਸਾਬੂ ਦੀ ਮਾਂ ਆਇਸ਼ਾ ਦੀ ਖੁਸ਼ਾਮੰਦ ਕਰਦੀ ਰਹਿੰਦੀ ਸੀ ਇਨਾਂ ਜੱਟਾਂ ਦੀਆਂ ਕੁੜੀਆਂ ਵਿੱਚੋਂ ਕੋਈ ਵੀ ਸਾਬੋ ਜਿੰਨੀ ਸੋਣੀ ਨਹੀਂ ਸੀ ਪਰ ਫੇਰ ਵੀ ਸਾਬੋ ਇਨਾਂ ਜੱਟ ਸੱਖਾਂ ਨੂੰ ਵਧੀਆ ਕਿਸਮ ਦੇ ਬੰਦੇ ਸਮਝਣ ਲਈ ਮਜਬੂਰ ਸੀ ਤੇ ਉਹ ਚੜ ਸਿੱਖਾਂ ਦਾ ਹੀ ਅੰਗ ਬਣ ਜਾਣਾ ਚਾਹੁੰਦੀ ਸੀ ਸਾਬੋ ਦੇ ਘਰ ਤੋਂ ਪੰਜ ਛੇ ਕੋਹ ਦੂਰੋਂ ਕਿਸ ਚੱਕ ਤੋਂ ਸ਼ਾਬਦ ਦੀ ਨਾਦਾ ਇਕਲਮ ਸਲੰਮਾ ਜਵਾਨ ਪਰੋਣਾ ਇੱਕ ਸੋਹਣੀ ਜਈ ਸੰੜਣੀ ਉੱਪਰ ਚੜ ਕੇ ਆਉਂਦਾ ਹੁੰਦਾ ਸੀ ਉਹ ਇੱਕ ਮੁਰਬੇ ਦਾ ਮਾਲਕ ਸੀ ਪਰ ਸਾਬੋ ਦੇ ਪਿਓ ਤੇ ਭਰਾਵਾ ਨੇ ਕਦੇ ਉਸ ਨੂੰ ਸਾਬੋ ਦੇ ਯੋਗ ਨਹੀਂ ਸੀ ਸਮਝਿਆ ਅਸਲ ਵਿੱਚ ਇੱਕ ਵਾਰ ਲਾਇਪੁਰੋਂ ਆਉਂਦੇ ਸ਼ਾਬਦ ਦੀ ਨੂੰ ਸਾਬੋ ਦਾ ਭਰਾ ਅੱਲੂ ਆਪਣੇ ਘਰ ਲੈ ਆਇਆ ਸੀ ਉਹ ਉਸ ਦਿਨ ਤੋਂ ਹੀ ਸਾਬੋ ਨੂੰ ਦੇਖ ਕੇ ਫਟਿਆ ਗਿਆ ਸੀ ਤੇ ਹੁਣ ਉਹ ਹਰ 6ਵੇਂ 7ਵੇਂ ਦਿਨ ਉਹਨਾਂ ਦੇ ਘਰ ਆ ਜਾਂਦਾ ਸੀ ਸਾਬਰ ਜਾਣਦੀ ਕਿ ਉਹ ਉਸ ਵੱਲ ਚੋਰ ਰੱਖਣ ਨਾਲ ਵੇਖਦਾ ਰਹਿੰਦਾ ਹੈ ਉਹ ਸੋਚਦੀ ਕਿ ਜੇ ਉਸ ਦਾ ਉਸ ਨਾਲ ਪਿਆਰ ਹੈ ਤਾਂ ਉਹ ਉਸ ਦੇ ਪਾਪੂ ਨੂੰ ਉਸ ਦਾ ਆਪਣੇ ਨਾਲ ਨਕਾ ਪੜਾਉਣ ਲਈ ਕਿਉਂ ਨਹੀਂ ਕਹਿ ਦਿੰਦਾ ਫਿਰ ਸਾਬੂ ਸੋਚਦੀ ਕਿ ਸ਼ਾਇਦ ਉਸ ਨੇ ਉਸ ਦੇ ਮਾਪਿਆਂ ਨੂੰ ਕਿਹਾ ਹੀ ਹੋਵੇ ਪਰ ਉਸ ਦੇ ਮਾਪੇ ਨਾ ਮੰਨੇ ਹੋਣ ਕਦੇ ਉਹ ਉਸ ਨਾਲ ਉਸ ਦੀ ਸੰਡਣੀ ਤੇ ਬੈਠ ਕੇ ਕਰੋ ਨੱਠ ਜਾਣ ਦੀ ਗੱਲ ਸੋਚਦੀ ਇੱਕ ਦਿਨ ਸ਼ਾਬਦੀ ਨੇ ਸਾਬੋ ਨੂੰ ਪੁੱਛਿਆ ਕਿ ਕੀ ਉਸਨੇ ਕਦੇ ਸੰਡਣੀ ਤੇ ਚੜ ਕੇ ਦੇਖਿਆ ਹੈ ਸਾਬੋ ਨੇ ਭਾਵੇਂ ਕੋਈ ਜਵਾਬ ਤਾਂ ਨਹੀਂ ਦਿੱਤਾ ਪਰ ਉਹ ਮੁਸਕੁਰਾ ਪਈ ਪਰ ਇਹਨਾਂ ਗੱਲਾਂ ਦੇ ਬਾਵਜੂਦ ਵੀ ਉਹ ਸ਼ਾਬਦੀ ਨਾਲ ਲੱਠਣ ਲਈ ਤਿਆਰ ਨਹੀਂ ਸੀ ਔਰ ਸੋਚਦੀ ਕਿ ਜੇਕਰ ਗੁਰਨਾਮ ਸਿੰਘ ਦਾ ਕੋਈ ਪੁੱਤਰ ਜਵਾਨ ਹੁੰਦਾ ਤਾਂ ਕਿ ਉਸਦੇ ਅਛੂਤ ਹੋਣ ਦੇ ਬਾਵਜੂਦ ਉਹ ਉਸ ਨਾਲ ਮੁਹੱਬਤ ਨਾ ਕਰਦਾ ਤੇ ਉਹ ਗੁਰਨਾਮ ਸਿੰਘ ਦੀ ਨੂੰ ਬਣ ਕੇ ਨਾ ਰਹਿੰਦੀ। ਇਨ੍ਹਾਂ ਦਿਨਾਂ ਵਿੱਚ ਗੁਰਨਾਮ ਸਿੰਘ ਦਾ ਭਾਂਜਾ ਨਿਰੰਜਨ ਮਾਮੇ ਦੇ ਘਰ ਆਇਆ। ਉਹ 18 ਕੋਸਾਲਾਂ ਦਾ ਸੀ। ਉਸਨੇ ਮੋਤੀਆ ਰੰਗ ਵਾਲੀ ਪੱਗ ਲਾੜ ਛੱਡ ਕੇ ਬੰਨੀ ਹੋਈ ਸੀ। ਤੇ ਉਸ ਦੇ ਢੇਡ ਖੜ ਖੜ ਕਰਦਾ ਚਾਦਰਾ ਬੰਨਿਆ ਹੋਇਆ ਸੀ ਗੁਰਨਾਮ ਸਿੰਘ ਨੇ ਉਸ ਨੂੰ ਕਈ ਮਹੀਨੇ ਆਪਣੇ ਕੋਲ ਰੱਖਿਆ ਕਿਉਂਕਿ ਉਸ ਨੂੰ ਨੀਰੀਆਂ ਰੋਟੀਆਂ ਉੱਪਰ ਇੱਕ ਕਾਮਾ ਮਿਲ ਗਿਆ ਸੀ ਸਾਬੋ ਤੇ ਨਿਰੰਜਣ ਇੱਕ ਦੂਜੇ ਨੂੰ ਦੇਖ ਕੇ ਮੋਹੇ ਨਿਰੰਜਣ ਤੜਕੇ ਉੱਠ ਕੇ ਗੁਰਨਾਮ ਸਿੰਘ ਨਾਲ ਹਲਾ ਤੇ ਜਾਂਦਾ ਪਰ ਉਸ ਦਾ ਇਸ ਤਰ੍ਹਾਂ ਕੰਮ ਕਰਨ ਦਾ ਚਾਅ ਜਲਦੀ ਹੀ ਲੈ ਗਿਆ ਅਸਲ ਵਿੱਚ ਕਈ ਵਾਰ ਨਿਰੰਜਨ ਅੱਧੀ ਅੱਧੀ ਰਾਤ ਤੱਕ ਹੋਰ ਨਾ ਮੁੰਡਿਆਂ ਨਾਲ ਕਬੱਡੀ ਖੇਡਦਾ ਤੇ ਫੇਰ ਸਵੇਰੇ ਤੜਕੇ ਗੁਨਾਮ ਸਿੰਘ ਉਸ ਨੂੰ ਦਸਵੀਂ ਆਵਾਜ਼ਾਂ ਮਾਰ ਕੇ ਜਗਾ ਲੈਂਦਾ ਇਸ ਪ੍ਰਕਾਰ ਉਸ ਨੂੰ ਕੇਵਲ 2-2 ਘੰਟੇ ਹੀ ਸੌਣ ਨੂੰ ਮਿਲਦਾ ਵਿਚਾਰਾ ਨਿਰੰਜਨ ਰੁੱਲ ਗਿਆ ਉਸ ਦੀ ਪੱਗ ਤੇ ਚਾਦਰੇ ਦੀ ਪਹਿਲੇ ਦਿਨ ਵਰਗੀ ਸ਼ਾਨ ਕਦੇ ਵੀ ਨਾ ਬਣੀ ਤੇ ਉਸ ਦੀ ਜੁੱਤੀ ਵੀ ਬੁਰੀ ਤਰ੍ਹਾਂ ਮੈਲੀ ਹੋ ਗਈ ਸੀ ਨਿਰੰਜਨ ਇੱਕ ਤਾਂ ਸਾਬੋ ਦੇ ਪਿਆਰ ਦਾ ਬੰਜਾ ਉਥੋਂ ਨਹੀਂ ਸੀ ਜਾਣਦਾ ਤੇ ਦੂਜਾ ਉਹ ਜਾਣਦਾ ਸੀ ਕਿ ਉਸ ਦਾ ਆਪਣਾ ਘਰ ਬਹੁਤ ਹੀ ਗਰੀਬ ਹੈ ਜਿੱਥੇ ਉਸ ਨੂੰ ਸਾਰਾ ਦਿਨ ਹੱਡ ਬਣ ਕੇ ਖੇਤਾਂ ਵਿੱਚ ਕੰਮ ਕਰਨਾ ਪੈਂਦਾ ਦਾ ਸੀ ਪਰਖਾਨ ਲਈ ਮਾੜੀ ਮੋਟੀ ਰੋਟੀ ਮਿਲਦੀ ਸੀ ਉਹ ਜਾਣਦਾ ਸੀ ਕਿ ਉਸ ਦੇ ਜਾਣ ਨਾਲ ਉਸ ਦਾ ਪਿਓ ਉਸ ਨੂੰ ਕੰਮ ਵਿੱਚ ਲਾ ਕੇ ਆਪ ਵੇਲੇ ਤੇ ਫਜ਼ੂਲ ਕੰਮਾਂ ਵਿੱਚ ਸਮਾ ਨਸ਼ਟ ਕਰਦਾ ਰਹਿੰਦਾ ਹੈ ਇਸ ਕਰਕੇ ਉਹ ਮਾਮੇ ਗੁਨਾਮ ਸਿੰਘ ਦੇ ਘਰ ਵਿੱਚ ਹੀ ਟਿਕਿਆ ਹੋਇਆ ਸੀ ਸਾਬੋ ਨੂੰ ਕੰਬ ਵਿਚ ਰੂਲ ਚੁਕਾ ਨਿਰੰਜਨ ਅਜੇ ਤੱਕ ਚੰਗਾ ਲੱਗ ਰਿਹਾ ਸੀ ਹੌਲੇ ਹੌਲੇ ਦੋਹਾਂ ਵਿਚ ਆਪਸੀ ਪਿਆਰ ਦੀਆਂ ਗੱਲਾਂ ਖੁੱਲ ਗਈਆਂ ਤੇ ਦੋਹਾਂ ਨੇ ਇੱਕ ਰਾਤ ਕਰੋਨਾ ਸੁਜਾਂ ਦੀ ਸਲਾਹ ਬਣਾਈ ਇਸ ਸਲਾਹ ਅਨੁਸਾਰ ਸਾਬੋ ਨੇ ਆਪ ਆ ਕੇ ਕੋਠੇ ਉੱਤੇ ਬਾਕੀ ਟੱਬਰ ਤੋਂ ਦੂਰ ਸੁੱਤੇ ਨਿਰੰਜਨ ਨੂੰ ਜਗਾਉਣਾ ਸੀ ਬਚਨਾ ਦੀ ਬੰਦੀ ਸਾਬੋ ਨੇ ਰਾਤ ਨੂੰ ਆ ਕੇ ਨਿਰੰਜਨ ਨੂੰ ਦੋ ਚਾਰ ਵਾਰ ਹਲੋਣ ਕੇ ਜਗਾਉਣ ਦਾ ਯਤਨ ਕੀਤਾ ਪਰ ਉਹ ਹਾਂ ਕਰਕੇ ਇਧਰ ਪਾਸੇ ਮਾਰਦਾ ਹੋਇਆ ਸੁੱਤਾ ਹੀ ਰਿਹਾ ਤੇ ਜਾਗਿਆ ਨਾ ਸਾਬੋ ਨਿਰਾਸ਼ ਹੋ ਕੇ ਵਾਪਸ ਚਲੀ ਗਈ ਕੁਝ ਦਿਨਾ ਮਗਰੋਂ ਇੱਕ ਖਬਰ ਉੱਡੀ ਕਿ ਸਾ ਬੋਸ਼ਾਬਦੀ ਨਾਲ ਦੌੜ ਗਈ ਹੈ ਤੀਜੇ ਦਿਨ ਬਹਾਵ ਤੇ ਉਸਦੇ ਭਾਈ ਚਾਰੇ ਨੇ ਦੋਹਾਂ ਦਾ ਵਿਆਹ ਕਰ ਦਿੱਤਾ ਨਿਰੰਜਨ ਦੇ ਦੋਸਤ ਉਸ ਨੂੰ ਪੁੱਛਦੇ ਤਾਂ ਉਹ ਸ਼ਰਮਿੰਦਾ ਹੋਇਆ ਕਹਿੰਦਾ ਮੈਂ ਸਮਝਿਆ ਮਾਮਾ ਹਲਾਂ ਨੂੰ ਜਗਾਉਂਦਾ ਹੈ